ਅੱਜ ਜਿਹੜਾ ਇਨਕਾਊਂਟਰ ਹੋਇਆ ਦੋ ਉਸ ਵਿੱਚ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ, ਕੀ ਇਨਫੋਰਮੇਸ਼ਨ ਸੀ ਪੁਲਿਸ ਕੋਲ? ਇੱਦਾਂ ਹੈ ਜੀ ਕਿ ਇੱਕ ਪਰਚਾ ਦਰਜ ਹੈਗਾ ਸਿਟੀ ਫਰੀਦਕੋਟ ਥਾਣੇ, 80 ਨੰਬਰ FIR ਹੈਗੀ, ਇਸੇ ਸਾਲ ਦੀ ਹੈਗੀ, ਤੀਸਰੇ ਮਹੀਨੇ ਅਸੀਂ ਦਰਜ ਕੀਤੀ, 387 ਤੇ 506 IPC 'ਚ। ਇਹ ਇੱਕ PSPCL ਦੇ ਸੀਨੀਅਰ ਅਧਿਕਾਰੀ, ਐਕਸੀਅਨ ਲੈਵਲ ਦੇ ਅਧਿਕਾਰੀ ਸੀ, ਉਹਨਾਂ ਨੂੰ ਇੱਕ ਫਰੋਤੀ ਬਾਰੇ ਧਮਕੀ ਆਈ ਸੀ ਅਤੇ ਉਹ ਦਰਜ ਕਰਕੇ ਇਸ ਦੀ ਤਫਤੀਸ਼ ਕਰ ਰਹੇ ਸੀ ਕਿ ਪਤਾ ਲੱਗੇ ਕਿ ਕਿਹਨਾਂ ਨੇ ਕੀਤੀ ਹੈਗੀ ਹੈ। ਅਤੇ ਉਸੇ ਦੌਰਾਨ ਹੀ ਕੱਲ੍ਹ ਸਾਨੂੰ ਇੱਕ ਅਸੀਂ ਬੰਦੇ ਨੂੰ ਅਰੈਸਟ ਕੀਤਾ ਸੀ ਜਿਹੜਾ ਕਿ ਫਰੀਦਕੋਟ ਦਾ ਨਿਵਾਸੀ ਸੀ। ਉਹਨੂੰ ਜਦੋਂ ਅਸੀਂ ਪੁੱਛ ਪੜਤਾਲ ਕੀਤੀ, ਉਹਨੇ ਇੱਕ ਹੋਰ ਵਿਅਕਤੀ ਦਾ ਨਾਮ ਲਿਆ, ਉਹਨੂੰ ਅਸੀਂ ਫਿਰ ਲੱਭਦੇ ਪਏ ਸੀ ਅਤੇ ਉਹ ਅੱਜ ਸਾਨੂੰ ਸਵੇਰੇ ਜਦੋਂ ਮਿਲਿਆ ਉਹਨੇ ਦੱਸਿਆ ਕਿ ਦੋ ਬੰਦੇ ਜਿਹੜੇ ਹੈਗੇ ਆ ਇਹ ਬੰਦੇ ਆਪਣੇ ਐਕਸੀਅਨ ਜਿਹੜੇ ਹੈਗੇ PSPCL ਅਤੇ ਇਹਨਾਂ 'ਤੇ ਅੱਜ ਫਾਇਰ ਕਰਨ, ਉਹਨਾਂ ਦੇ ਘਰ 'ਤੇ ਜਾਂ ਉਹਨਾਂ 'ਤੇ ਫਾਇਰ ਕਰਨ ਲਈ ਇੱਥੇ ਫਰੀਦਕੋਟ ਆਏ ਹੋਏ ਨੇ ਅਤੇ ਉਹਨੂੰ ਉਹਨਾਂ ਦਾ ਟਿਕਾਣਾ ਵੀ ਪਤਾ ਸੀ। ਜਦੋਂ ਸਾਡੀ CIA ਦੀ ਅਤੇ CT1 ਦੀ ਪੁਲਿਸ ਪਾਰਟੀ ਉਹਨਾਂ ਦੀ ਸਰਚ 'ਚ ਉੱਥੇ ਗਈ ਹੈ, ਉਹਨਾਂ ਨੂੰ ਸਿਆਣਿਆ ਹੈਗਾ, ਤਾਂ ਇਹਨਾਂ ਨੂੰ ਅਸੀਂ ਕਿਹਾ ਕਿ ਪੁਲਿਸ ਨੂੰ ਆਪਣੇ ਆਪ ਨੂੰ ਸਰੈਂਡਰ ਕੀਤਾ ਜਾਵੇ, ਪਰ ਇਹ ਪੁਲਿਸ ਨਾਲ ਕੋਆਪਰੇਟ ਕਰਨ ਦੀ ਬਜਾਏ ਇਹ ਅੱਗੇ ਪੁਲਿਸ ਵਾਲੇ ਇਹਨਾਂ ਨੇ ਫਾਇਰ ਕੀਤਾ ਅਤੇ ਭੱਜਣ ਲੱਗੇ, ਜਿਸ ਦੀ ਜਵਾਬੀ 'ਚ ਅਸੀਂ ਵੀ ਫਾਇਰ ਕੀਤਾ, ਜਿਹੜੇ ਇਹਨਾਂ ਦੇ ਦੋ ਫਾਇਰ ਲੱਗੇ ਇੱਕ ਇੱਕ ਦੋਹਾਂ ਦੇ ਅਤੇ ਫਿਰ ਇਹਨਾਂ ਨੇ ਅਸੀਂ ਕਾਬੂ ਕਰ ਲਿਆ। ਸਰ, ਜਿਹੜੇ ਗੈਂਗਸਟਰ ਅੱਜ ਕਾਬੂ ਕੀਤੇ ਗਏ, ਦੱਸਿਆ ਜਾ ਰਿਹਾ ਕਿ ਇਹਨਾਂ ਵੱਲੋਂ ਪਹਿਲਾਂ ਵੀ ਇਸ ਅਧਿਕਾਰੀ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਉਸਦੇ ਘਰ ਦੇ ਬਾਹਰ? ਇੱਦਾਂ ਜੀ, ਇਹਨਾਂ ਨੇ ਮੁੱਢਲਾ ਜਿੰਨਾ ਕੁ ਪਹਿਲੇ ਦੋ ਬੰਦੇ ਜਿਹੜੇ ਫੜੇ ਹੈਗੇ ਆ ਅਤੇ ਜਿਹੜੇ ਹੁਣ ਮੁੱਢਲੀ ਜਿੰਨਾ ਕੁ ਸਾਨੂੰ ਇਹ ਪਤਾ ਲੱਗਿਆ ਕਿ ਇਸੇ ਅਧਿਕਾਰੀ PSPCL ਦਾ ਜਿਹੜਾ ਅਧਿਕਾਰੀ ਹੈਗਾ ਇਸ ਦੇ ਘਰ ਦੇ ਬਾਹਰ ਇਹਨਾਂ ਨੇ 31 ਨੂੰ ਵੀ ਫਾਇਰ ਕੀਤਾ ਸੀ। ਪਹਿਲਾਂ ਫਾਇਰ ਕੀਤਾ ਸੀ, ਫਿਰ ਹੀ ਇਹ ਦੁਬਾਰਾ ਉਹਨਾਂ ਨੇ ਫਰੋਤੀ ਮੰਗਣ ਦੀ ਧਮਕੀ ਦਿੱਤੀ ਸੀ, ਬਟ ਉਸ ਬੰਦੇ ਨੇ ਹਜੇ ਤਾਈਂ ਕੇਰਾਂ ਦਿੱਤੀ ਨਹੀਂ ਸੀ। ਫਿਰ ਇਹਨਾਂ ਨੇ ਅੱਜ ਫਿਰ ਦੁਬਾਰਾ ਫਾਇਰ ਕਰਨਾ ਸੀ ਉਹਦੇ 'ਤੇ ਤਾਂ ਜੋ ਇਹ ਆਪਣੇ ਮਕਸਦ 'ਚ ਕਾਮਯਾਬ ਹੁੰਦੇ। ਹਾਂ, ਇੱਕ ਚੀਜ਼ ਇਹਨਾਂ ਨੇ ਹੋਰ ਦੱਸੀ ਹੈ ਕਿ ਆਪਣਾ ਜਲੰਧਰ ਕਮਿਸ਼ਨਰੇਟ 'ਚ ਇਹਨਾਂ ਨੇ ਇੱਕ ਸਿੰਗਰ ਦੇ ਘਰ ਦੇ ਬਾਹਰ ਵੀ ਫਾਇਰ ਕੀਤੇ ਸੀ। ਸਾਹਿਲ ਸ਼ਾਹ ਨਾਮ ਦਾ ਵਿਅਕਤੀ ਆ, ਉੱਥੇ ਵੀ ਇੱਕ FIR ਦਰਜ ਹੈਗੀ ਆ, ਉਹਦੇ 'ਤੇ ਘਰ ਦੇ ਬਾਹਰ ਵੀ ਇਹਨਾਂ ਨੇ ਫਾਇਰ ਕੀਤਾ। ਕਿਸੇ ਗੈਂਗ ਨਾਲ ਵੀ ਐਸੋਸੀਏਟਡ? ਕਿਹੜਾ ਇਹ ਜੀ ਇਸ ਚੀਜ਼ ਦਾ ਪਤਾ ਲਗਾ ਰਹੇ ਐਂਗਲ ਕਿ ਕਿਸ ਗੈਂਗ ਨਾਲ ਐਸੋਸੀਏਟਡ ਹੈਗੇ ਨੇ। ਪਹਿਲਾਂ ਤਾਂ ਪ੍ਰਾਥਮਿਕਤਾ ਤਾਂ ਸਾਡੀ ਇਹ ਸੀ ਕਿ ਇਹਨਾਂ ਨੂੰ ਮੈਡੀਕਲ ਇਲਾਜ ਕਰਾਈਏ, ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਦੋ ਪਹਿਲਾਂ ਫੜੇ ਹੋਏ ਅਤੇ ਹੋਣ ਵਾਲੇ ਆ ਉਹਨੂੰ ਪੁੱਛਾਂਗੇ ਕਿ ਕਿਸ ਗੈਂਗ ਨਾਲ ਜਾਂ ਐਸੋਸੀਏਟ ਹੈ ਜਾਂ ਨਹੀਂ, ਅਤੇ ਬਾਕੀ ਇਹਨਾਂ ਦਾ ਕੀ ਹੋਰ ਕੀ ਇਹਨਾਂ ਨੇ ਕੀਤਾ। ਸਰ, ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਕਿ ਇਹਨਾਂ ਨੇ ਪੁਲਿਸ 'ਤੇ ਫਾਇਰਿੰਗ ਕੀਤੀ, ਭੱਜਣ ਦੀ ਵੀ ਕੋਸ਼ਿਸ਼ ਕੀਤੀ, ਕੋਈ ਇਹਨਾਂ ਕੋਲੋਂ ਅਸਲਾ ਵੀ ਜਿਹੜਾ ਬਰਾਮਦ ਕੀਤਾ ਗਿਆ ਹੋਵੇਗਾ? ਹਾਂਜੀ, 3 ਵੈਪਨ ਸਾਨੂੰ ਬਰਾਮਦ ਹੋਏ ਹੈਗੇ ਆ ਜੀ ਇਹਨਾਂ ਦਾ, ਇਹਨਾਂ ਕੋਲੋਂ ਅਤੇ ਇੱਕ ਮੋਟਰਸਾਈਕਲ ਸਾਨੂੰ ਬਰਾਮਦ ਹੋਇਆ ਜਿਸ 'ਤੇ ਆਏ ਸੀ। ਹੁਣ ਇਸ ਮਾਮਲੇ 'ਚ ਕਿੰਨੀਆਂ ਗੱਲ ਕਰੀਏ ਤਾਂ ਟੋਟਲ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ? ਹੁਣ ਤੱਕ 2 ਇਹ ਹੋ ਗਏ ਜੀ ਵਿਪਨ ਅਤੇ ਜਿਹੜਾ ਕਰਨ, ਅਤੇ ਪਹਿਲਾਂ 2 ਜਿਹੜੇ ਹੈਗੇ ਆ ਉਹ ਹੈਗੇ, ਟੋਟਲ 4 ਹੋ ਗਈਆਂ 4। ਫਿਲਹਾਲ ਹੁਣ ਫਰਦਰ ਅਗਲੇ ਕੀ ਕਰੋਗੇ? ਕੇਰਾਂ 'ਤੇ ਜਿਹੜੇ ਇਹਨਾਂ ਦੀ ਅਤੇ ਮੈਡੀਕਲ ਇਲਾਜ ਪ੍ਰਾਇਰਟੀ ਹੈਗੀ ਆ, ਉਸ ਤੋਂ ਬਾਅਦ ਅਸੀਂ ਵੀ ਇਹ ਪਤਾ ਕਰਾਂਗੇ ਕਿ ਹੋਰ ਕਿਹੜੇ ਕਿਹੜੇ ਇਨਵੋਲਵਡ ਹੈਗੇ ਸੀ ਅਤੇ ਇਹਨਾਂ ਨੇ ਕਿੱਦਾਂ ਇਹ ਘਟਨਾ ਨੂੰ ਅੰਜਾਮ ਦੇਣਾ ਸੀ ਜਾਂ ਪਹਿਲਾਂ ਜਿਹੜੀ ਫਾਇਰਿੰਗ ਕੀਤੀ ਉਹ ਕਿੱਦਾਂ ਕੀਤੀ ਸੀ। ਤਾਂ ਬਿਲਕੁਲ, ਜਿਹੜੇ 2 ਗੈਂਗਸਟਰ ਅੱਜ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ, ਦੱਸਿਆ ਜਾ ਰਿਹਾ ਕਿ ਕਿਸੇ ਬਿਜਲੀ ਬੋਰਡ ਦੇ ਅਧਿਕਾਰੀ ਦੇ ਉਸ ਤੋਂ ਫਰੋਤੀ ਮੰਗੀ ਗਈ ਸੀ, ਉਸਦੇ ਘਰ ਦਾ ਕੁਝ ਦਿਨ ਪਹਿਲਾਂ ਫਾਇਰਿੰਗ ਵੀ ਕੀਤੀ ਗਈ ਸੀ, ਤਾਂ ਦੁਬਾਰਾ ਮੁੜ ਤੋਂ ਅੱਜ ਜਿਹੜਾ ਉਸ ਅਧਿਕਾਰੀ ਉੱਤੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ, ਪਰ ਪੁਲਿਸ ਨੂੰ ਇਨਫੋਰਮੇਸ਼ਨ ਮਿਲਣ ਤੋਂ ਪਹਿਲਾਂ ਨਾ ਮਿਲਣ ਤੋਂ ਬਾਅਦ ਨਾਲ ਹੀ ਇਸ ਇਹਨਾਂ ਜਿਹੜਾ ਦੋਨਾਂ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ।